ਬਸ ਮੈਨੂੰ ਇਹ ਹੈਗਾ ਕਿਤੇ ਨਾ ਕਿਤੇ ਇੱਕ ਅੰਦਰ ਹੀ ਪੰਜਾਬ ਯੂਨੀਵਰਸਿਟੀ ਐਡਮਿਸ਼ਨ ਲੈਣੀ ਹੈ। ਇੱਕ ਵਾਰੀ ਮੈਂ ਲਾਅ ਦਾ ਪੇਪਰ ਵੀ ਦਿੱਤਾ ਸੀ ਉਹ ਪੜ੍ਹਨ ਲਈ, ਕਲੀਅਰ ਨਹੀਂ ਹੋਇਆ ਮੇਰਾ ਐਂਟਰੈਂਸ ਪੇਪਰ। ਫਿਰ ਚਲੋ ਸਬੱਬ ਇੱਦਾਂ ਬਣਿਆ ਕਿ ਡਿਪਾਰਟਮੈਂਟ ਐਡਮਿਸ਼ਨ ਮਿਲ ਗਿਆ, ਤਿਆਰੀ ਕਰਕੇ ਉਹਦਾ ਪੇਪਰ ਦਿੱਤਾ। ਪਤਾ ਨਹੀਂ ਬਾਪੂ ਦਾ ਆਪਣਾ ਕੋਈ ਸ਼ੌਂਕ ਹੋਊਗਾ ਬਚਪਨ ਦਾ ਭੰਗੜਾ ਸਿੱਖਣ ਦਾ, ਮੈਨੂੰ 6ਵੀਂ 7ਵੀਂ ਕਲਾਸ ਸੀਗਾ ਭੰਗੜਾ ਸਿਖਾਤਾ, ਭੰਗੜਾ ਸਿੱਖ ਕੇ ਫਿਰ ਉਸ ਤੋਂ ਬਾਅਦ ਸਟੇਜ 'ਤੇ ਰਹੇ ਹਾਂ ਜਿਵੇਂ ਸਕੂਲ 'ਚ ਫੈਸਟੀਵਲ ਹੁੰਦੇ ਸੀਗੇ। ਫਿਰ ਉੱਥੇ ਪਤਾ ਲੱਗਿਆ ਵੀ ਕੋਈ ਪਲੇ ਵੀ ਹੁੰਦਾ, ਮੈਨੂੰ ਪਹਿਲੀ ਵਾਰੀ ਉਦੋਂ ਪਤਾ ਲੱਗਿਆ ਵੀ ਇੱਦਾਂ ਕਰਕੇ ਕੁਛ ਸਟੇਜ 'ਤੇ ਐਕਟਿੰਗ ਜੀ ਕਰਨੀ ਨਹੀਂ। ਮੈਂ ਅੱਛਾ ਯਾਰ ਕੀ ਹੁੰਦਾ ਇਹਦੇ 'ਚ, ਅਤੇ ਕਰਦੇ ਕਰਦੇ ਰਣਜੀਤ ਟਪਿਆਲਾ ਜੀ ਉਦੋਂ ਸਾਡਾ ਨਾਟਕ ਡਾਇਰੈਕਟ ਕਰ ਰਹੇ ਸੀ, ਅਰਬਨ ਨਰਬਨ ਧੁੰਦੂਕਾਰਾ ਪਲੇ ਕੀਤਾ ਸੀ, ਉਹਦੇ 'ਚ ਰਾਂਝੇ ਦਾ ਕਰੈਕਟਰ ਮੇਰਾ ਸੀ। ਬੈਠੇ ਬੈਠੇ ਮੈਂ ਉਹ ਹੀ ਕਹਿਤਾ ਇੱਕ ਕਰੈਕਟਰ ਕਾਸਟ ਨਹੀਂ ਰਾਂਝਾ, ਮੈਂ ਕਿਹਾ ਸਰ ਮੈਂ ਪੜ੍ਹਾਂ, ਕਹਿੰਦੇ ਤੂੰ ਪੜ੍ਹ। ਮੈਂ ਪੜ੍ਹਿਆ, ਮੈਨੂੰ ਅੱਜ ਵੀ ਯਾਦ ਹੈ ਮੈਂ ਕਿਵੇਂ ਪੜ੍ਹਿਆ। ਓ ਬਾਬਾ ਬਾਲਨਾਥਾ ਅਸੀਂ ਤੇਰੇ ਟੱਲੇ ਆਏ, ਸਾਡੀਆਂ ਫਕਰਾਂ ਦੀਆਂ ਕਰ ਮੁਰਾਦਾਂ ਪੂਰੀਆਂ, ਦੇ ਜੋਗ ਦਾ ਭੋਰਾ ਤੇਰੇ ਕਬਾਲ ਬਣੇ ਰਹਿਣ, ਤੈਨੂੰ ਤਿੰਨਾਂ ਲੋਕਾਂ ਦੀ ਸਰਦਾਰੀ ਮਿਲੇ। 12 ਵਜੇ ਦਾ ਰਿਹਰਸਲ ਟਾਈਮ ਹੁੰਦਾ ਹੈ, ਮੈਂ 11 ਵਜੇ ਪਹੁੰਚ ਜਾਂਦਾ ਹੈ, ਮੈਂ ਇਕੱਲੇ ਆਪਣਾ ਪਾਰਟ ਰਿਹਰਸ ਕਰਨਾ। ਫਿਰ ਸਟੇਜ 'ਤੇ ਆ ਹੀ ਰਿਹਾ, ਮਤਲਬ ਸਕਿੱਟ ਕੀਤੀ, ਮਾਈਮ ਕੀਤੀ, ਮਿਮਿਕਰੀ ਵੀ ਕੀਤੀ, ਐਕਟ ਕੀਤਾ, ਭੰਗੜਾ ਇੱਕ ਵਾਰੀ ਕੀਤਾ ਸੀ, ਉਸ ਤੋਂ ਬਾਅਦ ਭੰਗੜਾ ਨਹੀਂ ਕੀਤਾ ਸਟੇਜ 'ਤੇ ਇੱਦਾਂ ਰਹੇ। ਮਿਸ ਪੂਜਾ ਦੇ ਗਾਣੇ ਸੁਣ ਕੇ ਮੈਂ ਇਮੈਜਿਨ ਕਰਦਾ ਆਪਣੇ ਆਪ ਨੂੰ, ਮੈਨੂੰ ਇਹ ਹੁੰਦਾ ਯਾਰ ਮੈਂ ਗਾਣਿਆਂ 'ਚ ਆਉਣਾ, ਪਰ ਮੈਨੂੰ ਕਦੇ ਨਹੀਂ ਲੱਗਿਆ ਕਿ ਗਾਣਿਆਂ 'ਚ ਜਾਇਆ ਜਾ ਸਕਦਾ, ਟੀ ਵੀ 'ਤੇ ਜਾਇਆ ਜਾ ਸਕਦਾ। 3 ਡੇਟਸ ਫਿਲਮ ਵੇਖੀ ਅਤੇ ਮੈਂ ਕਿਹਾ ਵੀ ਮੈਂ ਜਦੋਂ ਜ਼ਿੰਦਗੀ ਮਤਲਬ ਖਤਮ ਹੋਣ ਵਾਲੀ ਹੋਊਗੀ, ਮੈਂ ਉਦੋਂ ਇਹ ਨਹੀਂ ਸੋਚਣਾ ਚਾਹੁੰਦਾ, ਸ਼ਾਇਦ ਉਹ ਕਾਪੀ ਡਾਇਲੋਗ ਹੋਊਗਾ, ਮੈਂ ਕਿਹਾ ਮੈਂ ਇਹ ਨਹੀਂ ਸੋਚਣਾ ਚਾਹੁੰਦਾ ਵੀ ਮੈਂ ਇੱਕ ਵਾਰੀ ਕਰਕੇ ਤਾਂ ਵੇਖਦਾ। ਔਰ ਮੈਂ ਜਾਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸ਼ਹੀਦਾਂ ਸਭ ਅੰਮ੍ਰਿਤਸਰ ਮੱਥਾ ਟੇਕਿਆ, ਮੈਂ ਕਿਹਾ ਬਾਬਾ ਜੇ ਤਾਂ ਮੇਰਾ ਇਸ ਲਾਈਨ 'ਚ ਕੁਛ ਹੈਗਾ ਤਾਂ ਮੈਨੂੰ ਐਡਮਿਸ਼ਨ ਮਿਲ ਜੇ, ਨਹੀਂ ਹੈਗਾ ਐਡਮਿਸ਼ਨ ਨਾ ਮਿਲੇ, ਮੈਂ ਆਪਣੀ CA ਕਰੂੰਗਾ। ਪੜ੍ਹਿਓ, ਇਹ ਰਾਜਨੀਤੀ ਤੁਹਾਡੇ ਵਾਸਤੇ ਕੰਮ ਨਹੀਂ, ਇਹ ਪੀੜ੍ਹੀ ਦਰ ਪੀੜ੍ਹੀ ਸਾਡੇ CI ਹੈ। ਮਤਲਬ ਜਿਹੜੇ ਮੇਰੇ 2 ਫੀਲਡ ਰਹੇ ਆ, ਦੋਵਾਂ 'ਚ ਬਹੁਤ ਮਿਹਨਤ ਕਰਨੀ ਪੈਂਦੀ, ਪਹਿਲਾਂ CA ਹੈ ਫਿਰ ਐਕਟਿੰਗ ਦੇ ਆ ਥੀਏਟਰ ਦਾ, ਹੈ ਨਾ। ਅਤੇ ਅਸਲ 'ਚ ਮੈਂ ਪਾਪਾ ਨੇ ਨਾ ਪਹਿਲਾਂ ਪਤਾ ਨਹੀਂ ਬਾਪੂ ਦਾ ਆਪਣਾ ਕੋਈ ਸ਼ੌਂਕ ਹੋਊਗਾ ਬਚਪਨ ਦਾ ਭੰਗੜਾ ਸਿੱਖਣ ਦਾ, ਮੈਨੂੰ 6ਵੀਂ 7ਵੀਂ ਕਲਾਸ ਸੀਗਾ ਭੰਗੜਾ ਸਿਖਾਤਾ, ਭੰਗੜਾ ਸਿੱਖ ਕੇ ਫਿਰ ਉਸ ਤੋਂ ਬਾਅਦ ਸਟੇਜ 'ਤੇ ਰਹੇ ਹਾਂ ਜਿਵੇਂ ਸਕੂਲ 'ਚ ਫੈਸਟੀਵਲ ਹੁੰਦੇ ਸੀਗੇ, 26 ਅਗਸਤ ਨੂੰ, 26 ਜਨਵਰੀ ਨੂੰ, 15 ਅਗਸਤ ਨੂੰ ਜਿਹੜੇ ਪ੍ਰੋਗਰਾਮ ਹੁੰਦੇ ਭੰਗੜਾ ਕਰਦੇ ਰਹੇ ਸਟੇਜ 'ਤੇ ਰਹੇ ਹਾਂ। ਬਸ ਉਹ ਕਰਦੇ ਕਰਦੇ ਜਦੋਂ ਕਾਲਜ ਪਹੁੰਚੇ, ਕਾਲਜ 'ਚ ਪਤਾ ਲੱਗਿਆ ਵੀ ਜਿੱਥੇ ਭੰਗੜੇ ਦੀ ਪ੍ਰੈਕਟਿਸ ਹੁੰਦੀ ਭੰਗੜੇ ਟੀਮ 'ਚ ਮੈਂ ਓਬਵੀਅਸਲੀ ਹੈਗਾ ਸੀ, ਫਿਰ ਉੱਥੇ ਪਤਾ ਲੱਗਿਆ ਵੀ ਕੋਈ ਪਲੇ ਵੀ ਹੁੰਦਾ, ਮੈਨੂੰ ਪਹਿਲੀ ਵਾਰੀ ਉਦੋਂ ਪਤਾ ਲੱਗਿਆ ਵੀ ਇੱਦਾਂ ਕਰਕੇ ਕੁਛ ਸਟੇਜ 'ਤੇ ਐਕਟਿੰਗ ਜੀ ਕਰਨੀ ਨਹੀਂ। ਮੈਂ ਅੱਛਾ ਯਾਰ ਕੀ ਹੁੰਦਾ ਇਹਦੇ 'ਚ, ਅਤੇ ਕਰਦੇ ਕਰਦੇ ਰਣਜੀਤ ਟਪਿਆਲਾ ਜੀ ਉਦੋਂ ਸਾਡਾ ਨਾਟਕ ਡਾਇਰੈਕਟ ਕਰ ਰਹੇ ਸੀ, ਅਰਬਨ ਨਰਬਨ ਧੁੰਦੂਕਾਰਾ ਪਲੇ ਕੀਤਾ ਸੀ, ਉਹਦੇ 'ਚ ਰਾਂਝੇ ਦਾ ਕਰੈਕਟਰ ਮੇਰਾ ਸੀ। ਬੈਠੇ ਬੈਠੇ ਮੈਂ ਉਹ ਹੀ ਕਹਿਤਾ ਇੱਕ ਕਰੈਕਟਰ ਕਾਸਟ ਨਹੀਂ ਰਾਂਝਾ, ਮੈਂ ਕਿਹਾ ਸਰ ਮੈਂ ਪੜ੍ਹਾਂ, ਕਹਿੰਦੇ ਤੂੰ ਪੜ੍ਹ। ਮੈਂ ਪੜ੍ਹਿਆ, ਮੈਨੂੰ ਅੱਜ ਵੀ ਯਾਦ ਹੈ ਮੈਂ ਕਿਵੇਂ ਪੜ੍ਹਿਆ। ਓ ਬਾਬਾ ਬਾਲਨਾਥਾ ਅਸੀਂ ਤੇਰੇ ਟੱਲੇ ਆਏ, ਸਾਡੀਆਂ ਫਕਰਾਂ ਦੀਆਂ ਕਰ ਮੁਰਾਦਾਂ ਪੂਰੀਆਂ, ਦੇ ਜੋਗ ਦਾ ਭੋਰਾ ਤੇਰੇ ਕਬਾਲ ਬਣੇ ਰਹਿਣ, ਤੈਨੂੰ ਤਿੰਨਾਂ ਲੋਕਾਂ ਦੀ ਸਰਦਾਰੀ ਮਿਲੇ। ਉਦੋਂ ਐਂ ਲੱਗਦਾ ਸੀ ਆਵਾਜ਼ ਬਣਾ ਕੇ ਬੋਲਣਾ ਐਕਟਿੰਗ ਹੈ, ਮੈਂ ਤਾਂ ਗੱਲ ਕੀਤੀ ਯੂਥ ਫੈਸਟੀਵਲ ਦੇ ਬੱਚੇ ਹੁੰਦੇ ਆ, ਅਤੇ ਉੱਥੋਂ ਸਫ਼ਰ ਸ਼ੁਰੂ ਹੋ ਗਿਆ। ਮਤਲਬ ਉੱਥੇ ਮੈਨੂੰ ਇੰਨਾ ਸਵਾਦ ਆਉਣ ਲੱਗ ਪਿਆ ਐਕਟਿੰਗ ਕਰਦਾ, ਜੇ ਤੁਸੀਂ ਲਾ ਲਓ ਵੀ ਜੇ ਮੰਨ ਲਓ 12 ਵਜੇ ਦਾ ਰਿਹਰਸਲ ਟਾਈਮ ਹੁੰਦਾ ਹੈ, ਮੈਂ 11 ਵਜੇ ਪਹੁੰਚ ਜਾਂਦਾ ਹੈ, ਮੈਂ ਇਕੱਲੇ ਆਪਣਾ ਪਾਰਟ ਰਿਹਰਸ ਕਰਨਾ, ਔਰ ਬਹੁਤ 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 ਮਜ਼ਾ ਆਉਂਦਾ ਸੀ। ਅੱਛਾ, ਉਸ ਤੋਂ ਬਾਅਦ ਮੈਂ ਭੰਗੜਾ ਨਹੀਂ ਕੀਤਾ, ਫਿਰ ਸਟੇਜ 'ਤੇ ਆ ਹੀ ਰਿਹਾ, ਮਤਲਬ ਸਕਿੱਟ ਕੀਤੀ, ਮਾਈਮ ਕੀਤੀ, ਮਿਮਿਕਰੀ ਵੀ ਕੀਤੀ, ਐਕਟ ਕੀਤਾ, ਭੰਗੜਾ ਇੱਕ ਵਾਰੀ ਕੀਤਾ ਸੀ, ਉਸ ਤੋਂ ਬਾਅਦ ਭੰਗੜਾ ਨਹੀਂ ਕੀਤਾ ਸਟੇਜ 'ਤੇ ਇੱਦਾਂ ਰਹੇ। ਮਤਲਬ ਪੰਜਾਬ ਯੂਨੀਵਰਸਿਟੀ ਨੇ ਰਾਹ ਹੀ ਚੇਂਜ ਕਰ ਦਿੱਤੇ। ਪੰਜਾਬ ਯੂਨੀਵਰਸਿਟੀ, ਮਤਲਬ ਮੈਂ ਤੁਹਾਨੂੰ ਉਹੀ ਕਿਹਾ ਵੀ ਮੇਰਾ ਸਿਰਫ ਸੁਪਨਾ ਸੀ ਪੰਜਾਬ ਯੂਨੀਵਰਸਿਟੀ ਐਡਮਿਸ਼ਨ ਲੈਣ ਦਾ, ਮੈਂ ਹੋਸਟਲ ਲਾਈਫ ਜੀਣੀ ਚਾਹੁੰਦਾ ਸੀ, ਪਰ ਮੈਨੂੰ ਇਹ ਨਹੀਂ ਪਤਾ ਵੀ ਇੱਦਾਂ ਦੇ ਫੀਲਡ 'ਚ ਵੀ ਐਡਮਿਸ਼ਨ ਮਿਲ ਸਕਦਾ। ਔਰ ਜਦੋਂ ਸਬੱਬ ਬਣਿਆ ਅਤੇ ਮੈਂ ਜਦੋਂ ਮਤਲਬ ਡਿਪਾਰਟਮੈਂਟ ਪੇਪਰ ਦਿੱਤਾ, ਮੈਂ ਦੁਬਾਰਾ ਜਦੋਂ CSUA ਛੱਡਣ ਦਾ ਇਰਾਦਾ ਬਣ ਗਿਆ, ਉਹ ਵੀ ਇਰਾਦਾ ਇੱਦਾਂ ਬਣਿਆ ਕਿ ਫਾਈਨਲ ਦੇ ਪੇਪਰ ਦੇ ਰਿਹਾ ਸੀ ਮੈਂ, ਅਤੇ ਕਾਲਜ ਦੇ ਦਰਮਿਆਨ ਮੇਰਾ ਇੱਕ ਦੋਸਤ ਸੀਗਾ ਦੀਪ ਕੁਲਦੀਪ, ਹੁਣ ਉਹ ਰਾਈਟਰ ਹੈ, ਫਿਲਮਾਂ ਦਾ ਰਾਈਟਰ ਹੈ, ਇੱਕ ਕਿਤਾਬ ਵੀ ਉਹਨੇ ਲਿਖੀ ਹੈ, ਐਕਟਰ ਵੀ ਹੈ ਨਾਲ, ਪਟਿਆਲਾ ਯੂਨੀਵਰਸਿਟੀ ਤੋਂ ਪਾਸ ਆਊਟ ਆ ਉਹ।
ਮਤਲਬ ਸੀ ਏ ਕਰਦਿਆਂ ਕੁਛ 6 ਕੁ ਸਾਲ ਬਾਅਦ ਡਿਪਾਰਟ ਕੋਲਜ ਦੇ 6 ਕੁ ਸਾਲ ਬਾਅਦ ਮੈਨੂੰ ਇੱਕ ਦੋਸਤ ਮਿਲਿਆ, ਅਸੀਂ ਤਿੰਨਾਂ ਨੇ ਇਕੱਠਿਆਂ ਨੇ ਪਲੇਅ ਕੀਤਾ ਸੀ। ਦੋਸਤ ਮਿਲਿਆ, ਉਹ ਕਹਿੰਦਾ ਯਾਰ, ਕਹਿੰਦਾ ਆਪਣੇ ਦਾ ਮੁੰਡਾ ਹੁੰਦਾ ਸੀ ਦੀਪ ਕੁਲਦੀਪ, ਤੁਹਾਨੂੰ ਪਤਾ ਨਾ ਚੇਤਾ? ਮੈਂ ਕਿਹਾ ਹਾਂ, ਜਿਹੜਾ ਇੰਦਰਬਾਣੀ ਦਾ ਕਰੈਕਟਰ ਕੀਤਾ ਸੀ ਉਹਨੇ ਪਲੇਅ 'ਚ, ਉੱਥੋਂ ਜਾਣਦੇ ਸੀ ਇੰਦਰਬਾਣੀ ਆ। ਮੈਂ ਕਿਹਾ ਹਾਂ। ਕਹਿੰਦਾ ਯਾਰ ਉਹ ਬਿਨੂ ਢਿੱਲੋਂ ਭਾਅ ਜੀ ਕੋਲ ਸਿੱਖਦਾ ਹੈ ਉਹ। ਮੈਂ ਕਿਹਾ ਸਿੱਖਦਾ ਹੈ ਮਤਲਬ ਕਿਵੇਂ? ਕਹਿੰਦਾ ਪਤਾ ਨਹੀਂ, ਉਹਨੇ ਗਾਣੇ ਗੁਣੇ ਵੀ ਕੀਤੇ ਯਾਰ, ਉਹ ਤਾਂ ਟੀ ਵੀ 'ਤੇ ਆਉਂਦਾ ਇੱਦਾਂ ਦਾ। ਮੈਂ ਕਿਹਾ ਅੱਛਾ ਯਾਰ, ਟੀ ਵੀ 'ਤੇ ਆਇਆ ਜਾ ਸਕਦਾ? ਮਤਲਬ ਮੇਰੀ ਜ਼ਿੰਦਗੀ ਦੀ ਤਰਾਸਦੀ ਇਹ ਰਹੀ। ਅੱਛਾ, ਇਸ ਤੋਂ ਪਹਿਲਾਂ ਬੈਕ ਸਟੋਰੀ ਕੀ ਆ, ਬਚਪਨ 'ਚ ਗਾਣੇ ਜਿਵੇਂ ਚੱਲਦੇ ਸੀਗੇ, ਮਿਸ ਪੂਜਾ ਦੇ ਗਾਣੇ ਸੁਣ ਕੇ ਮੈਨੂੰ ਮੈਂ ਇਮੈਜਿਨ ਕਰਦਾ ਆਪਣੇ ਆਪ ਨੂੰ, ਮੈਨੂੰ ਇਹ ਹੁੰਦਾ ਸੀ ਯਾਰ ਮੈਂ ਗਾਣਿਆਂ 'ਚ ਆਉਣਾ, ਪਰ ਮੈਨੂੰ ਕਦੇ ਨਹੀਂ ਲੱਗਿਆ ਕਿ ਗਾਣਿਆਂ 'ਚ ਜਾਇਆ ਜਾ ਸਕਦਾ, ਟੀਵੀ 'ਤੇ ਜਾਇਆ ਜਾ ਸਕਦਾ। ਉਹ ਸਵਾਲ ਕੱਟੂ ਉੱਥੇ ਦੁਬਾਰਾ ਆਇਆ ਜਦੋਂ ਮੇਰੀ ਉਮਰ ਉਦੋਂ ਸ਼ਾਇਦ ਮਤਲਬ 25 ਕੁ ਸਾਲ ਦੀ ਉਮਰ ਸੀ ਦੁਬਾਰਾ, ਜਦੋਂ ਮੈਂ ਡਿਪਾਰਟਮੈਂਟ ਦੁਬਾਰਾ ਜੁਆਇਨ ਕੀਤਾ, ਉਹ ਦੁਬਾਰਾ ਦਿਮਾਗ 'ਚ ਸਵਾਲ ਆਇਆ ਵੀ ਯਾਰ ਟੀ ਵੀ 'ਤੇ ਆਇਆ ਜਾ ਸਕਦਾ? ਕਹਿੰਦਾ ਯਾਰ ਪਤਾ ਨਹੀਂ, ਉਹ ਤਾਂ ਆਉਂਦਾ। ਮੈਂ ਕਿਹਾ ਅੱਛਾ, ਮੈਨੂੰ ਨੰਬਰ ਦੇ ਉਹਦਾ। ਉਹਦਾ ਨੰਬਰ ਲਿਆ, ਨੰਬਰ ਬੰਦ ਉਹਦਾ, ਨੰਬਰ ਸਵਿੱਚ ਆਫ ਜਾਵੇ, ਫੇਸਬੁੱਕ 'ਤੇ ਲੱਭਿਆ, ਮੈਸੇਜ ਕੀਤਾ ਜਾ ਕੇ। 10 ਕੁ ਦਿਨ ਬਾਅਦ ਸੀ ਇਹਦੇ ਪੇਪਰ, ਕਿਤਾਬਾਂ ਨਹੀਂ ਖੋਲੀਆਂ ਮੈਂ ਉਹਨੂੰ ਮੈਸੇਜ ਕਰ ਰਿਹਾ ਜਾ ਕੇ। ਮੈਂ ਕਿਹਾ ਯਾਰ ਇੱਦਾਂ ਇੱਦਾਂ ਕਰਦੇ 2 ਕੁ ਦਿਨ ਬਾਅਦ ਉਹਨੇ ਮੈਸੇਜ ਵੇਖ ਕੇ ਫੋਨ ਵਾਪਸ ਕੀਤਾ। ਕਹਿੰਦਾ ਮੈਂ ਕਿਹਾ ਯਾਰ ਪਛਾਣਦਾ ਮੈਨੂੰ, ਮਤਲਬ ਮੈਂ ਰਾਂਝੇ ਦਾ ਕਰੈਕਟਰ ਕੀਤਾ ਸੀ ਇੱਦਾਂ ਦਾ ਕਰਕੇ, ਐਕਸਾਈਟਮੈਂਟ ਪੂਰੀ। ਅੱਛਾ, ਮੈਂ ਪ੍ਰੋਫਾਈਲ ਵੇਖਿਆ ਪਹਿਲਾਂ, ਹੈ ਨਾ, ਫੋਟੋਆਂ ਵੀ ਲੱਗੀਆਂ ਗਾਣੇ ਗੁਣੇ ਦੀਆਂ, ਵੀਡੀਓ ਦੀਆਂ। ਮੈਂ ਕਿਹਾ ਯਾਰ ਤੂੰ ਤਾਂ ਵਧੀਆ, ਵੀ ਮੈਂ ਕਿਵੇਂ ਆਇਆ ਜਾ ਸਕਦਾ, ਮਤਲਬ ਮੈਂ ਵੀ ਆਉਣਾ ਚਾਹੁੰਦਾ। ਅਤੇ ਅੱਛਾ, ਉਹ ਮੈਨੂੰ ਕੀ ਕਹਿ ਰਿਹਾ, ਸਟਰਗਲਿੰਗ ਪੀਰੀਅਡ ਚੱਲ ਰਿਹਾ ਹੋਊਗਾ। ਕਹਿੰਦਾ ਯਾਰ ਬਾਬਾ ਜੀ, ਤੁਸੀਂ ਕਹਿੰਦਾ ਸੀ ਏ ਕਰ ਰਹੇ ਹੋ, ਤੁਹਾਨੂੰ ਵਧੀਆ ਨੌਕਰੀ ਮਿਲ ਜਾਣੀ, ਕਿਹੜੇ ਚੱਕਰਾਂ 'ਚ ਪੈਣਾ ਤੁਸੀਂ, ਸਟਰਗਲਿੰਗ ਪੀਰੀਅਡ ਦੇ ਹਾਲਾਤ, ਹੈ ਨਾ? ਅਤੇ ਮੈਂ ਕਿਹਾ ਨਹੀਂ ਯਾਰ, ਵੀ ਮੈਂ ਇੱਕ ਵਾਰੀ ਕੋਸ਼ਿਸ਼ ਕਰਨੀ ਚਾਹੁੰਦਾ, ਲਿਟਰਲੀ ਮੈਂ ਇੱਦਾਂ ਹੀ ਕਿਹਾ, ਮੈਂ ਯਾਰ ਮੈਂ ਇੱਕ ਵਾਰੀ ਕੋਸ਼ਿਸ਼ ਕਰਨੀ ਚਾਹੁੰਦਾ। ਔਰ ਉਦੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ 3 ਇਡੀਅਟਸ ਫਿਲਮ ਵੇਖੀ, ਅਤੇ ਮੈਂ ਕਿਹਾ ਯਾਰ ਵੀ ਮੈਂ ਜਦੋਂ ਜ਼ਿੰਦਗੀ ਮਤਲਬ ਖਤਮ ਹੋਣ ਵਾਲੀ ਹੋਊਗੀ, ਮੈਂ ਉਦੋਂ ਇਹ ਨਹੀਂ ਸੋਚਣਾ ਚਾਹੁੰਦਾ, ਸ਼ਾਇਦ ਉਹ ਕੱਟ ਕਾਪੀ ਡਾਇਲੋਗ ਹੋਊਗਾ। ਮੈਂ ਕਿਹਾ ਮੈਂ ਇਹ ਨਹੀਂ ਸੋਚਣਾ ਚਾਹੁੰਦਾ ਵੀ ਮੈਂ ਇੱਕ ਵਾਰੀ ਕਰਕੇ ਤਾਂ ਵੇਖਦਾ, ਅਤੇ ਮੈਂ ਕਿਹਾ ਮੈਂ ਕਰਨਾ ਚਾਹੁੰਦਾ, ਮੈਂ ਕੀ ਕਰਾਂ? ਅਤੇ ਕਹਿੰਦਾ ਫਿਰ ਇਸ ਗੱਲ ਲਈ ਤਿਆਰ ਰਹੀ ਵੀ, ਐਂ ਵੀ ਹੋ ਸਕਦਾ ਕਦੀ ਭੁੱਖੇ ਵੀ ਸੋਣਾ ਪਵੇ, ਕਦੀ ਸਿਰ 'ਤੇ ਛੱਤ ਨਾ ਹੋਵੇ, ਐਂ ਵੀ ਕਰਨਾ ਪਵੇ। ਮੈਂ ਕੋਈ ਨਹੀਂ ਮੈਂ ਤਿਆਰ ਹਾਂ, ਕੋਈ ਚੱਕਰ ਨਹੀਂ, ਤੂੰ ਮੈਨੂੰ ਦੱਸ ਕਰਨਾ ਕੀ? ਫਿਰ ਉਹ ਕਹਿੰਦਾ ਵੀ ਐੱਮ ਏ ਥੀਏਟਰ ਦੀ ਡਿਗਰੀ ਹੁੰਦੀ। ਮੈਂ ਕਿਹਾ ਐੱਮ ਏ ਥੀਏਟਰ ਦੀ ਡਿਗਰੀ ਵੀ ਹੁੰਦੀ ਹੈ, ਇਹਦੇ 'ਚ ਪੜ੍ਹਾਈ ਵੀ ਹੁੰਦੀ ਹੈ? ਕਹਿੰਦਾ ਹਾਂ, ਪਟਿਆਲਾ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹਾਈ ਹੁੰਦੀ ਆ। ਮੈਂ ਕਿਹਾ ਅੱਛਾ, ਠੀਕ, ਕੀ ਕਰਾਂ ਉਹਦੇ ਲਈ? ਕਹਿੰਦਾ ਇਹੋ ਜਿਹੇ ਫੋਰਮ ਨਿਕਲਣੇ ਆ, ਮੈਨੂੰ ਲੱਗਦਾ ਮਈ 'ਚ ਪੇਪਰ ਸੀ, ਇਹਦੇ ਮਾਰਚ ਜਾਂ ਅਪ੍ਰੈਲ ਦੀ ਗੱਲ ਕਰ ਰਹੇ ਹੋਣਗੇ ਅਸੀਂ। ਕਹਿੰਦਾ ਹੁਣੇ ਅੱਜ ਕੱਲ੍ਹ 'ਚ ਫੋਰਮ ਨਿਕਲਣੇ, ਚੈੱਕ ਕਰ ਲਾ, ਫੋਰਮ ਭਰ ਲਈ, ਪੰਜਾਬ ਯੂਨੀਵਰਸਿਟੀ ਤੋਂ ਕਰ ਲਈ, ਪਟਿਆਲੇ ਤੋਂ ਕਰ ਲਈ, ਇੱਕੋ ਗੱਲ ਆ, ਪਰ ਪੰਜਾਬ ਤੋਂ ਕਹਿੰਦਾ ਕਰੀ, ਉੱਥੇ ਥੋੜ੍ਹਾ ਫੈਕਲਟੀਜ਼ ਬਾਹਰੋਂ ਵੀ ਆਉਂਦੇ ਆ। ਅਤੇ ਮੈਂ ਕਿਹਾ ਅੱਛਾ, ਉਹਦੇ ਲਈ ਫਿਰ ਕੀ ਕਰਾਂ? ਉਹਦੇ ਲਈ ਕਹਿੰਦਾ ਕੇਵਲ ਧਾਲੀਵਾਲ ਭਾਅ ਜੀ ਦੀ ਵਰਕਸ਼ਾਪ ਹੁੰਦੀ ਆ, ਪਹਿਲਾਂ ਉਹ ਕਰ ਲਾ। ਮੈਂ ਕਿਹਾ ਅੱਛਾ ਯਾਰ। ਔਰ ਸਬੱਬ ਇੱਦਾਂ ਬਣਿਆ, ਮੇਰੇ ਸੀ ਏ ਦੇ ਅੱਜ ਪੇਪਰ ਖਤਮ ਹੋ ਰਿਹਾ, ਪਰਸੋਂ ਦਾ ਵਰਕਸ਼ਾਪ ਸ਼ੁਰੂ ਹੋ ਰਹੀ ਕੇਵਲ ਭਾਅ ਦੀ। ਮੈਂ ਅਗਲੇ ਦਿਨ ਜਾ ਕੇ ਕੇਵਲ ਭਾਅ ਜੀ ਨੂੰ ਜਾ ਕੇ ਕਿਹਾ, ਮੈਂ ਕਿਹਾ ਮੈਂ ਇੱਦਾਂ ਕਰਨੀ ਵਰਕਸ਼ਾਪ, ਤੂੰ ਕਹਿੰਦਾ ਸੀ ਏ ਕਰ ਰਿਹਾ, ਤੂੰ ਕਿਹੜੇ ਚੱਕਰਾਂ 'ਚ ਪਿਆ ਵੀ ਕੀ, ਤੂੰ ਤਾਂ ਵਧੀਆ। ਮੈਂ ਨਹੀਂ ਨਹੀਂ ਭਾਅ ਜੀ, ਮੈਂ ਕਰਨੀ ਇੱਕ ਵਾਰੀ ਇੱਦਾਂ ਕਰਕੇ ਵੇਖਣੀ। ਡਿਪਾਰਟਮੈਂਟ ਨੂੰ ਐਡਮਿਸ਼ਨ ਲੈਣੀ ਆ, ਡਿਪਾਰਟਮੈਂਟ ਦਾ ਫੋਰਮ ਭਰਤਾ ਸੀ, ਕੇਵਲ ਭਾਅ ਜੀ ਨੇ ਵੈਲਕਮ ਕੀਤਾ, ਕਹਿੰਦੇ ਆਓ। ਅੱਛਾ, ਉੱਥੇ 30 ਦਿਨ ਦੀ ਵਰਕਸ਼ਾਪ ਕੀਤੀ, ਔਰ ਡਿਪਾਰਟਮੈਂਟ ਦਾ ਜਦੋਂ ਪੇਪਰ ਆ ਗਿਆ, ਸਬੱਬ ਇੱਦਾਂ ਬਣਿਆ, ਸੀ ਏ ਦੇ ਪੇਪਰ ਹੋਣ ਤੋਂ 2 ਦਿਨ ਬਾਅਦ ਮੇਰੀ ਵਰਕਸ਼ਾਪ ਸ਼ੁਰੂ ਹੋ ਗਈ। ਵਰਕਸ਼ਾਪ ਖਤਮ ਹੋਣ ਦੇ ਅਗਲੇ ਦਿਨ ਐਂਟਰੈਂਸ ਪੇਪਰ ਹੈ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਖਿੱਚ ਰਹੀ ਸੀ ਬਸ। ਔਰ ਮੈਂ ਜਾਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਮੱਥਾ ਟੇਕਿਆ। ਮੈਂ ਕਿਹਾ ਬਾਬਾ, ਜੇ ਤਾਂ ਮੇਰਾ ਇਸ ਲਾਈਨ 'ਚ ਕੁਛ ਹੈਗਾ ਤਾਂ ਮੈਨੂੰ ਐਡਮਿਸ਼ਨ ਮਿਲ ਜੇ, ਨਹੀਂ ਹੈਗਾ ਐਡਮਿਸ਼ਨ ਨਾ ਮਿਲੇ, ਮੈਂ ਆਪਣੀ ਸੀ ਏ ਕਰੂੰਗਾ। ਔਰ ਜਦੋਂ ਪਤਾ ਨਹੀਂ ਕਿਵੇਂ ਐਡਮਿਸ਼ਨ ਮਿਲ ਗਿਆ, ਬਸ ਮੈਨੂੰ ਲੱਗਦਾ ਵੀ ਬਾਬੇ ਨੇ ਐਡਮਿਸ਼ਨ ਦਵਾਇਆ, ਔਰ ਮੇਰਾ ਉਸ ਲਾਈਨ 'ਚ ਕੁਛ ਸੀ। ਔਰ ਅੱਜ ਤੱਕ ਵੀ ਬਹੁਤ ਸਟਰਗਲਿੰਗ ਪੀਰੀਅਡ ਰਹਿੰਦਾ, ਚਲੋ ਹਰ ਆਰਟਿਸਟ ਦਾ ਹੁੰਦਾ, ਹਰ ਕਿਸੇ ਨੇ ਵੇਖਿਆ ਹੁੰਦਾ, ਬਹੁਤ ਵਾਰੀ ਡਾਊਨਫੋਲ ਵੀ ਆ, ਪਰ ਮੈਨੂੰ ਸਿਰਫ ਇਸ ਇੱਕ ਗੱਲ ਨੇ ਬੈਕ ਸਟੈਪ ਨਹੀਂ ਹੋਣ ਦਿੱਤਾ ਵੀ ਜੇ ਬਾਬਾ ਦੀਪ ਸਿੰਘ ਜੀ ਨੇ ਐਡਮਿਸ਼ਨ ਦਵਾਇਆ ਤਾਂ ਮੇਰਾ ਉਸ ਲਾਈਨ 'ਚ ਕੁਛ ਹੈਗਾ। ਉਹਦੇ ਕਰਕੇ ਅੱਜ ਆਪਾਂ ਇੱਥੇ ਬੈਠੇ ਇੰਟਰਵਿਊ ਕਰ ਰਹੇ ਹਾਂ। ਬਾਬੇ ਦੀ ਇੰਨੀ ਕਿਰਪਾ, ਜਿਹੜੇ ਦਿਲੋਂ ਮੰਨਦੇ ਆ, ਦਿਲੋਂ ਤਾਂ ਕਹਿੰਦੇ ਪੱਥਰ 'ਚ ਜਪ ਪੈਦਾ ਹੋ ਜਾਂਦਾ ਜੇਕਰ ਆਪਾਂ ਮੰਨੀਏ ਤਾਂ। ਅਤੇ ਹੁਣ ਰੋਡੇ ਫਿਲਮ 'ਚ ਤੁਹਾਡਾ ਜਿਹੜਾ ਕਿਰਦਾਰ ਹੈਗਾ ਲੀਡਰ ਦਾ,
ਪੁੱਤ ਹੈਗਾ, ਲੀਡਰਾਂ ਦੇ ਪੁੱਤ ਕਹਿੰਦੇ ਲੀਡਰ ਬਣਦੇ ਨੇ, ਕਹਿੰਦੇ ਪੜਾਕੂਆਂ ਦੇ ਖਾਣੇ ਖਾਤੇ ਨਹੀਂ ਕਹਿੰਦੇ ਆਉਂਦੀਆਂ ਲੀਡਰੀਆਂ, ਹੈ ਨਾ? ਸਹੀ ਗੱਲ, ਜ਼ਬਰਦਸਤ ਹੈ। ਇੱਕ ਵਾਰੀ ਕਹਾਂਗੇ ਲਾਈਟ ਸੁਣਾ ਦਿਓ ਕਿਤੇ। ਕਹਿੰਦਾ ਉਹ ਪੜਿਓ, ਇਹ ਰਾਜਨੀਤੀ ਤੁਹਾਡੇ ਵੱਸ ਦਾ ਕੰਮ ਨਹੀਂ, ਇਹ ਪੀੜ੍ਹੀ ਦਰ ਪੀੜ੍ਹੀ ਸਾਡੇ ਸੀ ਆਈ ਹੈ।